ਜੇਲ੍ਹ ਵਿੱਚ ਪਾਸੇ ਵਟਦਿਆਂ ਲੰਗੀ ਸਿੱਧੂ ਦੀ ਪਹਿਲੀ ਰਾਤ ਖਾਣਾ ਵੀ ਨਹੀਂ ਖਾਦਾ ਦੋਸਤੋ 1988 ਦੇ ਰੋਡ ਰੇਜ ਕੇਸ ਵਿੱਚ ਸੁਪਰੀਮ ਕੋਰਟ ਵੱਲੋਂ ਸਜ਼ਾ ਸੁਣਾਏ ਜਾਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਸ਼ੁੱਕਰਵਾਰ ਨੂੰ ਆਤਮ ਸਮਰਪਣ ਕਰ ਦਿੱਤਾ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸਿੱਧੂ ਨੂੰ ਪਟਿਆਲਾ ਜੇਲ੍ਹ ਦੇ ਵਾਰਡ ਨੰਬਰ 10 ਦੇ ਵਿੱਚ ਰੱਖਿਆ ਗਿਆ ਆਖਰ ਸਿੱਧੂ ਦੇ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਜੇਲ੍ਹ ਦੇ ਅੰਦਰ ਕੀਤਾ ਜਾਂਦਾ ਆਓ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ ਪੂਰੀ ਵੀਡੀਓ ਦੇ ਵਿੱਚ ਬਣੇ ਰਹੋ ਜੀ ਮੀਡੀਆ ਦੀਆਂ ਰਿਪੋਰਟਾਂ ਦੀ ਮੰਨਿਏ ਤਾਂ ਸਿੱਧੂ ਦੀ ਜੇਲ੍ਹ ਵਿੱਚ ਪਹਿਲੀ ਰਾਤ ਪਾਸੇ ਪਲਟਦਿਆਂ ਲੰਗੀ ਉਹਨਾਂ ਨੇ ਸ਼ੁੱਕਰਵਾਰ ਰਾਤ ਦਾ ਖਾਣਾ ਵੀ ਨਹੀਂ ਖਾਦਾ ਸਿਰਫ ਕੁਝ ਦਵਾਈਆਂ ਹੀ ਲਈਆਂ ਪਟਿਆਲਾ ਜੇਲ੍ਹ ਦੇ ਇੱਕ ਅਧਿਕਾਰੀ ਨੇ ਇੱਕ ਅਖਬਾਰ ਨੂੰ ਦੱਸਿਆ ਕਿ ਸ਼ੁੱਕਰਵਾਰ ਨੂੰ ਸਿੱਧੂ ਨੂੰ ਖਾਣਾ ਖਾਣ ਦੇ ਲਈ ਆਖਿਆ ਗਿਆ ਪਰ ਸਿੱਧੂ ਨੇ ਕਿਹਾ ਕਿ ਮੈਨੂੰ ਖਾਣਾ ਖਾਣ ਦੀ ਕੋਈ ਭੁੱਖ ਨਹੀਂ ਮੈਂ ਸਿਰਫ ਕੁਝ ਦਵਾਈਆਂ ਲੈਣੀਆਂ ਚਾਹਣਾ ਸੋ ਮੈਨੂੰ ਕੁਝ ਪਾਣੀ ਦਿੱਤਾ ਜਾਵੇ ਅਧਿਕਾਰੀ ਅਨਸਾਰ ਸਿੱਧੂ ਜੇਲ੍ਹ ਦੇ ਸਟਾਫ ਦੇ ਨਾਲ ਪੂਰਾ ਸਹਿਯੋਗ ਕਰ ਰਹੇ ਆ ਉਹਨਾਂ ਲਈ ਖਾਣੇ ਦਾ ਕੋਈ ਵਿਸ਼ੇਸ਼ ਪ੍ਰਬੰਧ ਨਹੀਂ ਕੀਤਾ ਗਿਆ ਜੇਕਰ ਡਾਕਟਰ ਕਿਸੇ ਖਾਸ ਭੋਜਨ ਦੀ ਛਪਾਰਿਸ਼ ਨਵਜੋਤ ਸਿੱਧੂ ਲਈ ਕਰਦਾ ਤਾਂ ਉਹ ਜੇਲ੍ਹ ਵਿੱਚ ਬਣੀ ਕੰਟੀਨ ਤੋਂ ਉਹ ਭੋਜਨ ਲੈ ਕੇ ਖਾ ਸਕਦਾ ਕੈਦੀ ਨੰਬਰ 241383 ਯਾਨੀ ਨਵਜੋਤ ਸਿੰਘ ਸਿੱਧੂ ਨੂੰ ਜਿਸ ਕੋਠੜੀ ਵਿੱਚ ਰੱਖਿਆ ਗਿਆ ਉਸ ਵਿੱਚ 10 ਬਾਏ 15 ਫੁੱਟ ਦਾ ਕਮਰਾ ਉਸ ਕਮਰੇ ਦੇ ਵਿੱਚ ਕੁਰਸੀ ਟੇਬਲ ਇੱਕ ਅਲਮਾਰੀ, ਇੱਕ ਕੰਬਲ, ਇੱਕ ਬਿਸਤਰਾ, ਦੋ ਤੌਲੀਏ, ਇੱਕ ਮੱਛਰदानी, ਇੱਕ ਪੈਨ ਕਾਪੀ ਦਾ ਜੋੜਾ, ਜੁੱਤੀਆਂ, ਦੋ ਬੈੱਡਸ਼ੀਟਾਂ, ਚਾਰ ਕੁਰਤੇ ਪਜਾਮੇ ਦਿੱਤੇ ਗਏ ਆ। ਦੋਸਤੋ ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਨੂੰ ਸਖਤ ਕੈਦ ਦੀ ਸਜ਼ਾ ਸੁਣਾਈ ਗਈ ਆ। ਅਜੇ ਹੀ ਸਥਿਤੀ ਵਿੱਚ ਉਹਨਾਂ ਦੀ ਸਖਲਾਈ ਪਹਿਲੇ 3 ਮਹੀਨੇ ਤੱਕ ਚੱਲੇਗੀ ਅਤੇ ਉਹਨਾਂ ਨੂੰ ਕੰਮ ਕਰਨ ਦਾ ਕੋਈ ਮਿਹਨਤਾਨਾ ਨਹੀਂ ਮਿਲੇਗਾ ਉਸ ਤੋਂ ਬਾਅਦ ਹੀ ਉਹਨਾਂ ਨੂੰ ਹੁਨਰਮੰਦ ਅਰਧ ਹੁਨਰਮੰਦ ਜਾਂ ਅਣ ਹੁਨਰਮੰਦ ਸ੍ਰੇਣੀ ਦੇ ਵਿੱਚ ਰੱਖਿਆ ਜਾਵੇਗਾ ਜਿਸ ਹਿਸਾਬ ਦੇ ਨਾਲ ਉਹ ਕੋਈ ਕੰਮ ਜਾਣਦੇ ਹੋਣਗੇ ਉਸ ਹਿਸਾਬ ਨਾਲ ਉਹਨਾਂ ਦੀ ਕੋਈ ਸ੍ਰੇਣੀ ਤੈ ਕੀਤੀ ਜਾਊਗੀ ਉਸ ਤੋਂ ਬਾਅਦ ਉਹਨਾਂ ਦੀ ਦਿਹਾੜੀ ਤੈ ਕੀਤੀ ਜਾਊਗੀ ਕੈਦੀਆਂ ਨੂੰ ਜੇਲ੍ਹ ਦੇ ਵਿੱਚ 30 ਰੁਪਏ ਤੋਂ ਲੈ ਕੇ 90 ਰੁਪਏ ਤੱਕ ਦਿਹਾੜੀ ਮਿਲਦੀ ਆ ਜੇਲ੍ਹ ਵਿੱਚ ਕੈਦੀਆਂ ਦਾ ਦਿਨ ਸਵੇਰੇ 5.5 ਵਜੇ ਸ਼ੁਰੂ ਹੁੰਦਾ ਤੇ ਬਿਸਕਟ ਆਦਿ ਨਾਸ਼ਤੇ ਦੇ ਰੂਪ ਵਿੱਚ 7 ਵਜੇ ਮਿਲਦੇ ਆ ਸਵੇਰੇ 8.5 ਵਜੇ ਛੇ ਚਪਾਤੀਆਂ ਦਾਲ ਜਾਂ ਸਬਜ਼ੀ ਦੇ ਨਾਲ ਭੋਜਨ ਮਿਲਦਾ ਇਸ ਤੋਂ ਬਾਅਦ ਕੈਦੀ ਕੰਮ ਤੇ ਚਲੇ ਜਾਂਦੇ ਆ ਕੈਦੀਆਂ ਦਾ ਕੰਮ ਸ਼ਾਮ 5:30 ਵਜੇ ਖਤਮ ਹੋ ਜਾਂਦਾ ਇਸ ਦੌਰਾਨ ਉਹਨਾਂ ਨੂੰ ਸਰੇਣੀ ਅਨਸਾਰ ਕੰਮ ਅਲਾਟ ਕੀਤਾ ਜਾਂਦਾ ਕੈਦੀਆਂ ਨੂੰ ਸ਼ਾਮ ਕਰੀਬ 6 ਵਜੇ ਖਾਣਾ ਮਿਲਦਾ ਜਿਸ ਵਿੱਚ 6 ਰੋਟੀਆਂ ਦਾਲ ਜਾਂ ਸਬਜੀ ਦਿੱਤੀ ਜਾਂਦੀ ਆ ਸ਼ਾਮ 7 ਵਜੇ ਤੱਕ ਸਾਰੇ ਕੈਦੀ ਆਪਣੀਆਂ ਬੈਰਕਾਂ ਵਿੱਚ ਬੰਦ ਕਰ ਦਿੱਤੇ ਜਾਂਦੇ ਆ ਦੋਸਤੋ ਅਸੀਂ ਇਹ ਤੁਹਾਨੂੰ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਦਾ ਪਹਿਲਾ ਦਿਨ ਕਿਵੇਂ ਲੰਘਿਆ ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਧੂ ਨੂੰ ਉਹਨਾਂ ਦੇ ਕੰਮਕਾਰ ਦੇ ਆਧਾਰ ਤੇ ਕੀ ਕੁਝ ਦਿੱਤਾ ਜਾਊਗਾ ਤੇ ਇੱਥੇ ਖਾਸ ਗੱਲ ਕਿ ਸਿੱਧੂ ਨੂੰ ਜੇਲ੍ਹ ਦੇ ਵਿੱਚ ਕੋਈ ਵਿਸ਼ੇਸ਼ ਸਹੂਲਤਾਂ ਨਹੀਂ ਦਿੱਤੀਆਂ ਗਈਆਂ ਉਸ ਤੋਂ ਤੁਸੀਂ ਕਮੈਂਟਾਂ ਰਾਹੀਂ ਆਪਣੇ ਵਿਚਾਰ ਨਵਜੋਤ ਸਿੰਘ ਸਿੱਧੂ ਬਾਰੇ ਬਿਆਨ ਕਰ ਸਕਦੇ ਆ ਇਸ ਤੋਂ ਇਲਾਵਾ ਜੇਕਰ ਤੁਸੀਂ ਨਵਜੋਤ ਸਿੰਘ ਸਿੱਧੂ ਇੱਕ ਜਾ ਇਨਸਾਨ ਮੰਨਦੇ ਆ ਤਾਂ ਉਹਨਾਂ ਲਈ ਇੱਕ ਕਮੈਂਟ ਜ਼ਰੂਰ ਕਰੋ ਤੇ ਅਰਦਾਸ ਕਰੋ ਕਿ ਨਵਜੋਤ ਸਿੰਘ ਸਿੱਧੂ ਨੂੰ ਕੇ ਤੋ ਕਿਸੇ ਤਰ੍ਹਾਂ ਦੀ ਰਾਹਤ ਮਿਲ ਸਕੇ ਹੋਰ ਅਪਡੇਟਸ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਥੈਂਕ ਯੂ ਸੋ ਮਚ